ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਦੇਸ਼ ਦੀਆਂ 18 ਜਥੇਬੰਦੀਆਂ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਜਿਹੜੇ ਵੱਡਾ ਐਲਾਨ ਹੋਇਆ ਕਿ 2 ਜਨਵਰੀ ਨੂੰ ਜੰਡਿਆਲਾ ਗੁਰੂ ਤੇ 6 ਜਨਵਰੀ ਨੂੰ ਬਰਨਾਲਾ ਵਿਖੇ ਲੱਖਾਂ ਦੀਆਂ ਵੱਡੀਆਂ ਰੈਲੀਆਂ ਕਰਨੀਆਂ ਉਹਦੇ ਵਿੱਚ ਲੋਕਾਂ ਨੂੰ ਖੁੱਲਾ ਸੱਦਾ ਉਸ ਇਕੱਠ ਵਿੱਚ ਦਿੱਲੀ ਦੇ ਅੰਦੋਲਨ ਦੇ ਐਲਾਨ ਹੋਣਗੇ ਜਿਸ ਵਿੱਚ ਐਮਐਸਪੀ ਗਰੰਟੀ ਕਾਨੂੰਨ ਬਣਾਵਾਂਗੇ ਡਾਕਟਰ ਸੁਮਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਕਿਸਾਨਾਂ ਤੇ ਮਜ਼ਦੂਰਾਂ ਦਾ ਸਾਰੇ ਕਰਜ਼ੇ ਤੋਂ ਮੁਕਤੀ ਕਰਾਉਣੀ ਹੈਗੀ ਆ 2013 ਐਕਟ ਬੜੀ ਜੀ ਸੋਧ ਕਰਨ ਲਈ ਮੋਦੀ ਸਰਕਾਰ ਨੇ ਚਿੱਠੀਆਂ ਤੇ ਕੋਸ਼ਿਸ਼ਾਂ ਕੀਤੀਆਂ ਵੀ ਜ਼ਮੀਨਾਂ ਜ਼ਬਰਦਸਤੀ ਰਿਕਵਰ ਕਰਾਵਾਂਗੇ ਇਹ ਵਾਪਸ ਕਰਾਉਣੀਆਂ ਬਿਜਲੀ ਸੋਧ ਬਿੱਲ ਵਾਪਸ ਕਰਵਾਉਣਾ ਸ਼ਹੀਦ ਪਰਿਵਾਰਾਂ ਦੀਆਂ ਨੌਕਰੀਆਂ ਮਾਅਬਜ਼ਾ ਦਿੱਲੀ ਸਮੇ ਸਾਰੇ ਦੇਸ਼ ਦੇ ਕਿਸਾਨਾਂ ਦੇ ਪਾਈ ਕੇਸ ਫਸਲੀ ਬੀਮਾ ਜੋ ਜੋਜਨਾ ਆਦ ਹੋਰ ਮੰਗਾ ਇਹਨਾਂ ਮੰਗਾ ਨੂੰ ਧਿਆਨ ਵਿੱਚ ਰੱਖ ਕੇ ਆ ਵੱਡੇ ਕੱਠ ਤੇ ਮੋਰਚਾ ਹੋਊਗਾ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈਗੀਆਂ ਵੀ ਜੜੀਆਂ ਸਮੱਸਿਆਵਾਂ ਵਾਂ ਉਹਨਾਂ ਨੂੰ ਦੂਰ ਕਰਕੇ ਕੱਟੋ-ਕੱਟ ਪ੍ਰੋਗਰਾਮ ਤੇ ਇਕੱਠੇ ਹੋ ਕੇ ਮੋਦੀ ਸਰਕਾਰ ਦੀ ਜਵਾਬਦੇਹੀ ਕਰਨੀ ਚਾਹੀਦੀ ਆ ਸਾਰੀਆਂ ਧਰ ਮੁਖ ਜਥੇਬੰਦੀਆਂ ਹੋਣ ਸਾਰੇ ਐਨਆਰਆਈ ਭਰਾ ਹੋਣ ਗਾਇਕ ਹੋਣ ਐਕਟਰਸ ਹੋਣ ਬੁੱਧੀਜੀਵੀ ਹੋਣ ਪੱਤਰਕਾਰ ਹੋਣ ਹਰੇਕ ਭਾਈਚਾਰੇ ਨੂੰ ਸੱਦਾ ਦੇ ਰਹੇ ਆ ਵੀ ਵੱਡੇ ਅੰਦੋਲਨਾਂ ਵਿੱਚ ਸ਼ਾਮਲ ਹੋਵੋ ਔਰ ਸਿਆਸੀ ਪਾਰਟੀਆਂ ਨੂੰ ਬੇਨਤੀ ਆ ਵੀ ਉਹ ਕਿਸਾਨਾਂ ਦੇ ਪੈਰਲਲ ਪ੍ਰੋਗਰਾਮ ਨਾ ਰੱਖਣ ਆਉਣ ਵਾਲੇ ਸਮੇਂ ਦੇ ਵੱਡੇ ਅੰਦੋਲਨ ਦੀ ਤਿਆਰੀ ਸਾਰੇ ਪੰਜਾਬ ਨੂੰ ਰਲ ਕੇ ਜੁਟ ਜਾਣਾ ਚਾਹੀਦਾ ਧੰਨਵਾਦ